ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਰਿਦੁਆਰ ਸਥਿਤ ਹਰੀ ਕੀ ਪੌੜੀ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰੇ ਦੀ ਮੁੜ ਉਸਾਰੀ ਦੀ ਮੁਹਿੰਮ ਲਈ ਸਮੁੱਚੀ ਕੌਮ ਨੂੰ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਸਮੇਤ ਹੋਰ ਅਹੁਦੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਹੋਰ ਮੈਂਬਰ ਸਾਂਝੇ ਰੂਪ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਨੂੰ ਮਿਲੇ। ਇਸ ਮੌਕੇ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ ਵਿਦੇਸ਼ ਦੀ ਸੰਗਤ ਨੂੰ 14 ਮਈ ਨੂੰ ਆਪੋ ਆਪਣੇ ਨਗਰ ਦੇ ਗੁਰਦੁਆਰਿਆਂ ਜਾਂ ਘਰਾਂ ਵਿੱਚ ਜਪਜੀ ਸਾਹਿਬ ਜੀ ਦੇ ਪਾਠ ਅਤੇ ਅਰਦਾਸ ਕਰਨ ਦੀ ਅਪੀਲ ਕੀਤੀ। ਸਮੁੱਚਾ ਖਾਲਸਾ ਪੰਥ ਵਾਸਤੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਆਰੰਭ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਖਾਲਸਾ ਪੰਥ ਦੀਆਂ ਦੋ ਅਹਿਮ ਸੰਸਥਾਵਾਂ ਹਨ ਔਰ ਜਿਨ੍ਹਾਂ ਦੋਨਾਂ ਸੰਸਥਾਵਾਂ ਨੇ ਮਿਲ ਕੇ, ਪਹਿਲੇ ਮੈਂ ਦੋਨਾਂ ਸੰਸਥਾਵਾਂ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਜੀ, ਸਰਦਾਰ ਮਨਜੀਤ ਸਿੰਘ ਜੀ ਕੇ ਦਿੱਲੀ, ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਉਸਾਰੂ ਸੋਚ ਲੈ ਕੇ ਦੋਨਾਂ ਪ੍ਰਧਾਨਾਂ ਨੇ ਮਿਲ ਬੈਠ ਕੇ ਇਹ ਵਿਚਾਰ ਕੀਤਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗਿਆਨ ਗੋਦੜੀ, ਜਿਸ ਦੇ ਵਾਸਤੇ ਬਹੁਤ ਲੰਬੇ ਸਮੇਂ ਤੋਂ ਆਪਣੇ ਤੌਰ 'ਤੇ ਕਈ ਗੁਰਮੁਖਾਂ ਨੇ ਉਪਰਾਲੇ ਕੀਤੇ ਨੇ, ਇਹ ਕਾਰਜ ਸਤਿਗੁਰੂ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰਨਗੇ ਔਰ ਇਹ ਸਾਰਾ ਜਿਹੜਾ ਕਾਰਜ ਹੈ, ਪ੍ਰਾਪਤੀ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੇਠ ਸਾਰਾ ਇਹ ਪ੍ਰੋਗਰਾਮ ਚੱਲੇਗਾ। 14 ਮਈ ਨੂੰ ਆਲ ਵਰਲਡ ਦੇ ਜਿਤਨੇ ਵੀ ਸਮੁੱਚੇ ਗੁਰਦੁਆਰੇ ਸਾਹਿਬਾਨ ਹਨ, ਚਾਹੇ ਛੋਟੇ ਨਗਰਾਂ ਵਿੱਚ ਨੇ, ਵੱਡੇ ਨਗਰਾਂ ਵਿੱਚ ਨੇ, ਸ਼ਹਿਰਾਂ ਦੇ ਵਿੱਚ ਨੇ, ਹਰ ਇੱਕ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅੰਮ੍ਰਿਤਮਈ ਬਾਣੀ ਸ੍ਰੀ ਜਪ ਜੀ ਸਾਹਿਬ ਜੀ ਦੇ ਪਾਠ ਕਰਕੇ ਅਰਦਾਸ ਕਰਨ ਔਰ ਸੰਗਤਾਂ ਆਪ ਵੱਧ ਤੋਂ ਵੱਧ ਇਸ ਦੇ ਵਿੱਚ ਸ਼ਮੂਲੀਅਤ ਕਰਨ ਔਰ ਵਿਸ਼ੇਸ਼ ਕਰਕੇ ਦਾਸ ਸਮੁੱਚੀਆਂ ਸਭਾ ਸੁਸਾਇਟੀਆਂ, ਜਿਸ ਤਰ੍ਹਾਂ ਦਮਦਮੀ ਟਕਸਾਲ ਹੈ, ਨਿਹੰਗ ਸਿੰਘ ਜਥੇਬੰਦੀਆਂ ਨੇ, ਨਿਰਮਲੇ ਮਹਾਂਪੁਰਸ਼ ਨੇ, ਉਦਾਸੀ ਸੰਪਰਦਾਇ ਹੈ, ਸੇਵਾ ਪੰਥੀ ਮਹਾਂਪੁਰਸ਼ ਨੇ ਔਰ ਇਸੇ ਪ੍ਰਕਾਰ ਨਾਨਕਸਰ, ਕਲੇਰਾਂ, ਰਾੜਾ ਸਾਹਿਬ, ਭਾਈ ਕੀ ਡਰੋਲੀ, ਹੋਰ ਜਿਤਨੀਆਂ ਵੀ ਸਾਰੀਆਂ ਸੰਸਥਾਵਾਂ ਨੇ, ਸਮੁੱਚੀਆਂ ਸੰਸਥਾਵਾਂ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਔਰ ਇਹਦੇ ਵਿੱਚ ਸਹਿਯੋਗੀ ਬਣਨ। ਇਸ ਮੌਕੇ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਸਾਂਝੀ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਅਤੇ ਇਸ ਮੁਹਿੰਮ ਦੀ ਕਮਾਂਡ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਲਾਉਣ ਲਈ ਆਖਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਜੁਆਇੰਟ ਡੈਲੀਗੇਸ਼ਨ ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਸਾਹਿਬ ਕੋਲ ਆਇਆ, ਬੇਨਤੀ ਕੀਤੀ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਕੀ ਪੌੜੀ 'ਤੇ ਜਿਹੜੀ ਬਹੁਤ ਸਮੇਂ ਤੋਂ ਸਿੱਖਾਂ ਦੀ ਡਿਮਾਂਡ ਹੈ, ਉਸ ਦੀ ਲੜਾਈ ਸ਼ੁਰੂ ਕੀਤੀ ਔਰ ਅਕਾਲ ਤਖ਼ਤ ਸਾਹਿਬ ਇਹਦੀ ਸਰਪ੍ਰਸਤੀ ਕਰਨ, ਸਿੰਘ ਸਾਹਿਬ ਨੇ ਇਹਦਾ ਹਾਂ ਪੱਖੀ ਹੁੰਗਾਰਾ ਦਿੱਤਾ, ਅਪੀਲ ਵੀ ਕਰ ਰਹੇ ਨੇ। ਮੈਂ ਸਮਝਦਾ ਵਾਂ ਕਿ ਇਹ ਸਾਡਾ ਹੱਕ ਬਣਦਾ, ਸਾਡਾ ਰਾਈਟ ਬਣਦਾ ਔਰ
ਅਸੀਂ ਰੋਜ਼ ਅਰਦਾਸ ਕਰਦੇ ਹਾਂ ਜਿਹੜੇ ਗੁਰਦੁਆਰੇ ਗੁਰਧਾਮ ਪੰਥ ਤੋਂ ਵਿਛੋੜੇ ਗਏ, ਖੁੱਲ੍ਹੇ ਦਰਸ਼ਨ ਦਾਰੇ ਬਖਸ਼ੋ, ਸੇਵਾ ਸੰਭਾਲ ਬਖਸ਼ੋ, ਇਹਦੀ ਸੇਵਾ ਸੰਭਾਲ ਵੀ ਕੌਮ ਦੇ ਪੰਥ ਦੇ ਝੋਲੀ 'ਚ ਪੈਣੀ ਚਾਹੀਦੀ। 14 ਤਰੀਕ ਨੂੰ ਸਵੇਰੇ ਸਾਰੇ ਦੁਨੀਆ ਦੇ ਗੁਰੂ ਘਰਾਂ ਦੇ ਵਿੱਚ ਸਵੇਰੇ 9 ਵਜੇ ਜਪਜੀ ਸਾਹਿਬ ਦਾ ਪਾਠ ਹੋਏਗਾ, ਉਹਦੇ ਬਾਅਦ ਅਰਦਾਸ ਕੀਤੀ ਜਾਏਗੀ ਇਸ ਕਾਰਜ ਵਾਸਤੇ। ਜਿਹੜੇ ਟਰੈਵਲ ਕਰ ਰਹੇ ਨੇ, ਜਿਹੜੇ ਘਰਾਂ 'ਚ ਨੇ, ਕਿਤੇ ਕੰਮ 'ਤੇ ਨੇ, ਉਹਨਾਂ ਨੂੰ ਆਪਣੇ ਕੰਮਾਂ ਦੇ ਉੱਤੇ ਘਰਾਂ ਦੇ ਵਿੱਚ ਉਹ ਪਾਠ ਕਰਨ, ਉਹਨਾਂ ਨੂੰ ਨਹੀਂ ਜਪਜੀ ਸਾਹਿਬ ਆਉਂਦਾ ਉਹ ਵਾਹਿਗੁਰੂ ਦਾ ਜਾਪ ਕਰ ਲੈਣ, ਉਹ ਮੂਲ ਮੰਤਰ ਪੜ੍ਹ ਲੈਣ, ਉਹ ਅਰਦਾਸ ਕਰਨ, ਇਹ ਸਥਾਨ ਮਿਲਣਾ ਚਾਹੀਦਾ। ਸਾਰੀ ਕੌਮ ਅਸੀਂ ਜੋੜਨਾ ਚਾਹੁੰਦੇ ਹਾਂ, ਕੌਮ ਤੋਂ ਇਲਾਵਾ ਦੂਜੇ ਧਰਮਾਂ ਦੇ ਲੋਕਾਂ ਤੋਂ ਵੀ ਸਾਨੂੰ ਹੁੰਗਾਰਾ ਮਿਲ ਰਿਹਾ ਹੋਵੇ, ਸਾਨੂੰ ਸਪੋਰਟ ਮਿਲ ਰਹੀ ਹੈ। ਮੈਂ ਸਮਝਦਾ ਇਹ ਮਸਲਾ ਛੇਤੀ ਹੱਲ ਹੋਏਗਾ।